ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਲਬਾਣਾ ਕਲੋਨੀ ਪਹਾੜਗੰਜ ਅਜਮੇਰ ਵਿਖੇ 22ਵਾਂ ਮਹਾਨ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਪ੍ਰਚਾਰਕ ਪਹੁੰਚੇ, ਜਿਨ੍ਹਾਂ ਨੇ ਸੰਗਤਾਂ ਨੂੰ ਹਰ ਜਸ ਨਾਲ ਨਿਹਾਲ ਕੀਤਾ। ਇਸ ਸਮਾਗਮ 5 ਅਕਤੂਬਰ ਤੋਂ ਮਨਾਇਆ ਗਿਆ, ਜਿਸ ਵਿੱਚ 5 ਅਕਤੂਬਰ ਨੂੰ ਅਖੰਡ ਪਾਠ ਦੀ ਲੜੀ ਆਰੰਭ ਹੋਈ। ਇਸ ਮੌਕੇ ਗੁਰੂ ਹਰਗੋਬਿੰਦ ਸਾਹਿਬ ਗਤਕਾ ਅਖਾੜਾ ਨੇ ਗਤਕੇ ਦੇ ਜੌਹਰ ਵੀ ਵਿਖਾਏ। ਸਮਾਗਮ ਦੌਰਾਨ ਤਿੰਨੋ ਦਿਨ ਗੁਰੂ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਕਮੇਟੀ ਨੇ ਸਾਧ ਸੰਗਤ ਦਾ ਸਮਾਗਮ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਸ਼੍ਰੀ ਗੁਰੂ ਰਾਮਦਾਸ ਪ੍ਰਬੰਧਕ ਕਮੇਟੀ ਆਸ਼ਾਗੰਜ ਅਜਮੇਰ ਉਨਕੇ ਦੁਆਰਾ ਆਪਣੇ 5 ਅਕਤੂਬਰ ਸੇ ਲੈ ਕੇ ਗੁਰੂ ਰਾਮਦਾਸ ਜੀ ਕਾ ਪ੍ਰਕਾਸ਼ ਪਰਵ ਮਨਾਇਆ ਗਿਆ, ਜਿਸ ਮੇਂ ਬਾਹਰ ਸੇ ਰਾਗੀ ਜਥੇ ਮੰਗਾਏ ਗਏ ਨੇ। ਦਿੱਲੀ ਸੇ ਆਏ ਹੈ 2 ਰਾਗੀ ਜਥੇ, ਹਮਾਰੇ ਸੰਤ ਬਾਬਾ ਸੁਖਦੇਵ ਸਿੰਘ ਜੀ ਜੋ ਤੇਲ ਮਿਲ ਗਲੀ ਪਹਾੜਗੰਜ, ਹਮਾਰੇ ਪੱਦੀ ਨਸ਼ੀਏ ਨੇ ਉਹ ਵੀ ਹਮਾਰੇ ਸਮਾਜ ਮੇਂ ਆ ਕੇ ਪਧਾਰੇ ਹੈ। ਕੀਰਤਨ ਸੇ ਸਾਰੀ ਸੰਗਤ ਕੋ ਨਿਹਾਲ ਕਿਆ ਹੈ। ਸਾਰੀ ਸੰਗਤ ਨੇ, ਅਜਮੇਰ ਕੀ ਸਾਧ ਸੰਗਤ ਨੇ, ਦੇਸ਼ ਵਿਦੇਸ਼ ਕੀ ਸਾਧ ਸੰਗਤ ਨੇ ਰਲ ਮਿਲ ਕੇ ਸੇਵਾ ਕਰਵਾਈ ਹੈ। ਉਸੀ ਸੇਵਾ ਕੇ ਸਾਥ ਸਾਥ 3 ਦਿਨ ਬਿਲਕੁਲ ਨਗਰ ਕੀਰਤਨ ਹੋਇਆ। ਨਗਰ ਕੀਰਤਨ ਵਿੱਚ ਸਾਰੇ ਸਾਧ ਸੰਗਤ ਦਾ ਸਹਿਯੋਗ ਰਿਹਾ ਸੀ, ਅਜਮੇਰ ਦੀ ਸਾਰੀ ਸਾਧ ਸੰਗਤ ਦਾ ਸਹਿਯੋਗ ਰਿਹਾ ਸੀ। ਉਸ ਤੋਂ ਬਾਅਦ ਗੁਰੂ ਦਾ ਲੰਗਰ 3 ਦਿਨ ਟੂਟ ਲੰਗਰ ਵਰਤਿਆ ਹੈ। ਔਰ ਇਸੀ ਤਰ੍ਹਾਂ ਹਰ ਸਾਲ ਅਸੀਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਉਸਦੇ ਜਨਮ ਦਿਹਾੜੇ ਵਿੱਚ ਮਨਾਉਂਦੇ ਰਹਿੰਦੇ ਨੇ। ਹਮਾਰੇ ਪ੍ਰਧਾਨ ਸਾਹਿਬ ਔਰ ਹਮਾਰੇ ਸਾਰੇ ਕਮੇਟੀ ਵੱਲੋਂ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਚੌਥੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਪਿਆਰੀ ਸਾਧ ਸੰਗਤ ਜੀ ਨੂੰ ਹੋਣ ਜੀ। 18 ਤਾਰੀਖ, 19 ਤਾਰੀਖ ਅਤੇ 20 ਤਾਰੀਖ ਨੂੰ ਕੀਰਤਨ ਸਮਾਗਮ ਹੋਏ ਹਨ। ਪਿਆਰੀ ਸਾਧ ਸੰਗਤ ਜੀ ਨੂੰ ਲੱਖ ਲੱਖ ਵਧਾਈਆਂ ਹਨ ਕਿ ਉਹਨਾਂ ਨੇ ਸਾਰੇ ਪ੍ਰੋਗਰਾਮ ਵਿੱਚ ਆ ਕਰ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਹਨ, ਸਤਸੰਗਾਂ ਦੇ ਦਰਸ਼ਨ ਕੀਤੇ ਹਨ, ਅਤੇ ਲੱਖ ਲੱਖ ਵਧਾਈਆਂ ਫਿਰ ਸਾਰਿਆਂ ਨੂੰ। ਕਮੇਟੀ ਦੀ ਤਰਫ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।